ਸਾਡੇ ਨਾਗਰਾ ਸਾਡੇ ਵੱਡੇ ਭਰਾ ਨੇ ਉਹਨਾਂ ਨੂੰ ਵੀ ਪਤਾ ਹੈ ਕਿਹਦੀਆਂ ਬਾਹਾਂ ਮਰੋੜਨ ਵਾਲੀਆਂ ਕਿਹੜੀਆਂ ਨਹੀਂ। ਇਹ ਗੱਲਾਂ ਦੀ ਬਾਤ ਹੁੰਦੀ ਆ, ਕੋਈ ਐਸੀ ਗੱਲ ਨਹੀਂ, ਨਾ ਕਿਸੇ ਨੇ ਈਡੀ ਨੂੰ ਕਿਹਾ ਨਾ ਕਿਸੇ ਮੰਤਰੀ ਦੀ ਬਾਹ ਮਰੋੜੀ ਹੈ। ਜਦੋਂ ਕਿਸੇ ਪਾਰਟੀ ਚ ਕਿਸੇ ਵਰਕਰ ਦੀ ਕਦਰ ਕੀਮਤ ਖਤਮ ਹੋ ਜਾਵੇ, ਸਾਨੂੰ ਬਿਨਾਂ ਮਤਲਬ ਸਜ਼ਾ ਦਿੱਤੀ ਗਈ, ਜਦੋਂ ਸਾਨੂੰ ਮਿਨਿਸਟਰੀਆਂ ਤੋਂ ਬਾਹਰ ਕੀਤਾ ਗਿਆ, ਕਿਸੇ ਕੋਈ ਚੀਜ਼ ਐਸੀ ਨਹੀਂ ਸੀ ਜੋ ਮੇਰੇ ਉੱਪਰ ਲਾਗੂ ਹੁੰਦੀ ਸੀ। ਆਜ ਤੱਕ ਕੋਈ ਆਪ ਚ ਮੀਡੀਆ ਵਾਲੇ ਖੜੇ ਹੈ, ਕਿਤੇ ਇੱਕ ਤਰਫ ਵੀ ਮੇਰੇ ਕੋਈ ਸ਼ਿਕਾਇਤ ਕੋਈ ਫਲੋਰ ਤੇ ਵਿਧਾਨ ਸਭਾ ਕੇ ਅੰਦਰ ਆਪੋਜੀਸ਼ਨ ਸੇ ਕੋਈ ਕਿਤੇ ਮੇਰੇ ਲਈ ਕਦੇ ਕਰਪਸ਼ਨ ਕਾ ਕੋਈ ਕੁਐਸਚਨ ਉਠਾ ਹੋਏ ਤਾਂ ਮੈਂ ਦੇਣਦਾਰ ਹੂੰ। ਸੋ ਫਿਰ ਵੀ ਸਜ਼ਾ ਮਿਲ ਜਾਏ ਔਰ ਕਾਮ ਇਤਨਾ ਕੀ ਹੈ ਔਰ ਲੜਾਈ ਲੜੀ ਹੈ ਪਾਰਟੀ ਕੋ ਮਾਲਵੇ ਮੇਂ ਉੱਚਾ ਚੱਕਣ ਕੇ ਲੀਏ, ਤੇ ਫਿਰ ਉੱਥੇ ਰਹਿਣੇ ਕਾ ਕਿਆ ਹੈ ਜੋ ਪਾਰਟੀ ਇਤਨਾ ਮਾਨ ਸਨਮਾਨ ਇਹਨਾਂ ਦੇ। ਆਜ ਅਸੀਂ ਆਪਣੇ ਆਪ ਨੂੰ ਲਵਾਰਸ ਸਮਝਦੇ ਸੀ।